16 ਸਾਲ ਦੇ ਮੁੰਡੇ ਦੀ ਛਾਤੀ 'ਚ ਮਾਰੇ ਸਿੰਘ। ਤੜਫ ਤੜਫ ਕੇ ਹੋਈ ਇਸ ਬੱਚੇ ਦੀ ਮੌਤ। ਧਾਹਾਂ ਮਾਰ ਮਾਰ ਰੋ ਰਹੀ ਮੁੰਡੇ ਦੀ ਮਾਂ ਤਾਂ ਦੱਸਦੀ ਹੈ ਕਿ ਇੱਕ 16 ਸਾਲ ਦੇ ਮੁੰਡੇ ਦੀ ਦਰਦਨਾਕ ਮੌਤ ਹੋਈ ਹੈ, ਜਿੱਥੇ ਨੌਜਵਾਨ ਸਕੂਟੀ 'ਤੇ ਸਵਾਰ ਹੋ ਕੇ ਆਪਣੇ ਪਿਤਾ ਦੇ ਕੋਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਢੱਠੇ ਨੇ ਇਸ ਨੂੰ ਟੱਕਰ ਮਾਰੀ ਅਤੇ ਇਸਦੀ ਛਾਤੀ ਦੇ ਵਿੱਚ ਸਿੰਘ ਮਰੇ, ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਜਾਣਕਾਰੀ ਅਨੁਸਾਰ ਇਸ ਬੱਚੇ ਦਾ ਨਾਮ ਸਾਗਰ ਹੈ ਅਤੇ ਇਸਦੇ ਪਿਤਾ ਨੇ ਦੱਸਿਆ ਕਿ ਉਸਦੀ ਗਊਸ਼ਾਲਾ ਦੇ ਕੋਲ ਇੱਕ ਛੋਟੀ ਜਿਹੀ ਦੁਕਾਨ ਹੈ। ਤਾਂ ਕੱਲ੍ਹ ਸਾਗਰ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਪਿੰਡ ਵਿੱਚ ਹੀ ਕਿਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਇੱਕ ਢੱਠਾ ਸੜਕ 'ਤੇ ਆਇਆ, ਜਿਸਨੇ ਕਿ ਸਿੰਘ ਉਸਦੀ ਛਾਤੀ ਦੇ ਵਿੱਚ ਮਾਰੇ ਅਤੇ ਫਿਰ ਇਹ ਲਹੂ ਲਹਾਣ ਸੜਕ 'ਤੇ ਕਾਫੀ ਸਮਾਂ ਤੜਫਦਾ ਰਹਿੰਦਾ। ਤਾਂ ਉੱਥੋਂ ਹੀ ਨਿਕਲਣ ਵਾਲੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਇਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤ ਐਲਾਨ ਦਿੱਤਾ। ਤਾਂ ਘਟਨਾ ਤੋਂ ਬਾਅਦ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਬੱਚੇ ਦੀ ਦਰਦਨਾਕ ਮੌਤ ਹੋਈ ਹੈ। ਮਤਲਬ ਚਾਚੇ ਦਾ ਮੁੰਡਾ ਹੈਗਾ ਜੀ ਮੇਰੇ, ਸਾਗਰ ਸੀਗਾ, 16 ਸਾਲ ਉਮਰ ਦਾ ਸੀਗਾ ਜੀ। ਠੀਕ ਹੈ। ਅਤੇ ਇਹ ਆ ਰਿਹਾ ਸੀਗਾ ਜੀ ਆਪਣੇ ਪਾਪਾ ਦੇ ਕੋਲ, ਅਤੇ ਰਾਤ ਨੂੰ ਮਤਲਬ ਹਨੇਰਾ ਸੀਗਾ ਅਤੇ ਤਾਂ ਕਰਕੇ ਡੱਠੇ 'ਚ ਵੀ ਚੁੱਚਿਆ ਜੀ, ਅਤੇ ਡੱਠੇ ਨੇ ਮਤਲਬ ਸਿੰਘ ਸੁੰਘ ਮਾਰਿਆ ਛਾਤੀ ਦੇ ਵਿੱਚ, ਅਤੇ ਉਸੇ ਮਤਲਬ ਮੌਕੇ ਦੇ ਉੱਤੇ ਮਤਲਬ ਪਾਪਾ ਕੋਲ ਗਿਆ ਸੀ ਆਪਦੇ ਦੁਕਾਨ ਦੁਕਾਨ, ਉਹ ਰਾਤ ਨੂੰ ਆਉਂਦੇ ਨੇ ਅਤੇ ਕੋਈ ਵੈਸੇ ਤਾਂ ਆਉਂਦਾ ਨਹੀਂਗਾ, ਪਰ ਉੱਦਣ ਘਰੇ ਨਹੀਂ ਸੀਗਾ ਅਤੇ ਪਾਪਾ ਨੇ ਬੁਲਾ ਲਿਆ ਕੁਦਰਤੀ ਬਾਈ ਚਾਂਸ, ਅਤੇ ਇਹ ਆਇਆ ਸੀਗਾ ਵੀ ਪਾਪਾ ਨਾਲ ਦੁਕਾਨ ਬੰਦ ਕਰੇ ਘਰੇ ਜਾਵਾਂ ਜੀ, ਅਤੇ ਉਹ ਰਾਤ ਨੂੰ ਡੱਠੇ ਡੁੱਠੇ ਖੜ੍ਹੇ ਹੋਣੇ ਤਾਂ ਕਰਕੇ ਵੀ ਉਹ ਪੜ੍ਹਦਾ ਪਿਆ ਸੀ। ਅਤੇ ਫਰੈਂਡ ਦੀ ਬਰਥਡੇ ਪਾਰਟੀ ਸੀ, ਉੱਥੇ ਜਾਣ ਦਾ ਕਹਿੰਦਾ ਸੀਗਾ, ਅਤੇ ਬਾਅਦ 'ਚ ਬਸ ਪਾਪਾ ਨੂੰ ਮਿਲ ਕੇ ਜਾਣਾ ਹੀ ਸੀਗਾ ਉਹਨੇ, ਅਤੇ ਆਉਂਦੇ ਬਾਕੀ ਬਸ ਇਹ ਹਾਦਸਾ ਪੜ੍ਹਦਾ ਸੀਗਾ। ਇਹ ਤਾਂ ਜੀ ਨਹੀਂ ਪਤਾ ਮੈਨੂੰ ਨਵੇਂ ਕਾਨੂੰਨ ਤਹਿਤ 194 BNSS ਤਹਿਤ ਭਾਰਤੀ ਕੀਤੀ ਗਈ ਹੈ। ਤਾਂ ਇਹ ਆਪਣੀ ਇਲੈਕਟ੍ਰੋਨਿਕ ਸਕੂਟਰੀ 'ਤੇ ਕਰੀਬ 8:30 AK ਪੈਲਸ ਹੈ ਜੀ ਨੈਸ਼ਨਲ ਹਾਈਵੇ 'ਤੇ, ਉੱਥੇ ਸਾਹਮਣੇ ਜਾ ਰਿਹਾ ਸੀ। ਅਵਾਰਾ ਪਸ਼ੂ ਨੇ ਆ ਕੇ ਇਹਨੂੰ ਜ਼ੋਰ ਦਾ ਟੱਕਰ ਮਾਰੀ, ਜੇ ਅਵਾਰਾ ਪਸ਼ੂ ਦਾ ਜਿਹੜਾ ਸਿੰਘ ਸੀ ਇਹਨਾਂ ਦੀ ਛਾਤੀ ਦੇ ਖੱਬੇ ਪਾਸੇ ਵੱਜਣ ਕਰਕੇ ਉਹ ਮੌਤ ਦਾ ਕਾਰਨ ਬਣੀ। ਮਰਨ ਵਾਲੇ ਦਾ ਨਾਂ ਜੀ ਸਾਗਰ, ਉਮਰ ਕਰੀਬ 16 ਸਾਲ ਅਤੇ 11ਵੀਂ ਜਮਾਤ ਦਾ ਵਿਦਿਆਰਥੀ ਸੀ। ਢੱਠੇ ਨੇ 16 ਸਾਲ ਦੇ ਮੁੰਡੇ ਦੀ ਛਾਤੀ 'ਚ ਮਾਰੇ ਸਿੰਘ। ਤੜਫ ਤੜਫ ਕੇ ਹੋਈ ਇਸ ਬੱਚੇ ਦੀ ਮੌਤ। ਧਾਹਾਂ ਮਾਰ ਮਾਰ ਰੋ ਰਹੀ ਮੁੰਡੇ ਦੀ ਮਾਂ ਤਾਂ ਦੱਸਦੀ ਹੈ ਕਿ ਇੱਕ 16 ਸਾਲ ਦੇ ਮੁੰਡੇ ਦੀ ਦਰਦਨਾਕ ਮੌਤ ਹੋਈ ਹੈ, ਜਿੱਥੇ ਨੌਜਵਾਨ ਸਕੂਟੀ 'ਤੇ ਸਵਾਰ ਹੋ ਕੇ ਆਪਣੇ ਪਿਤਾ ਦੇ ਕੋਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਢੱਠੇ ਨੇ ਇਸ ਨੂੰ ਟੱਕਰ ਮਾਰੀ ਅਤੇ ਇਸਦੀ ਛਾਤੀ ਦੇ ਵਿੱਚ ਸਿੰਘ ਮਰੇ, ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ। ਤਾਂ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਜਾਣਕਾਰੀ ਅਨੁਸਾਰ ਇਸ ਬੱਚੇ ਦਾ ਨਾਮ ਸਾਗਰ ਹੈ ਅਤੇ ਇਸਦੇ ਪਿਤਾ ਨੇ ਦੱਸਿਆ ਕਿ ਉਸਦੀ ਗਊਸ਼ਾਲਾ ਦੇ ਕੋਲ ਇੱਕ ਛੋਟੀ ਜਿਹੀ ਦੁਕਾਨ ਹੈ। ਤਾਂ ਕੱਲ੍ਹ ਸਾਗਰ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਪਿੰਡ ਵਿੱਚ ਹੀ ਕਿਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਇੱਕ ਢੱਠਾ ਸੜਕ 'ਤੇ ਆਇਆ, ਜਿਸਨੇ ਕਿ ਸਿੰਘ ਉਸਦੀ ਛਾਤੀ ਦੇ ਵਿੱਚ ਮਾਰੇ ਅਤੇ ਫਿਰ ਇਹ ਲਹੂ ਲਹਾਣ ਸੜਕ 'ਤੇ ਕਾਫੀ ਸਮਾਂ ਤੜਫਦਾ ਰਹਿੰਦਾ। ਤਾਂ ਉੱਥੋਂ ਹੀ ਨਿਕਲਣ ਵਾਲੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਇਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਇਸ ਨੂੰ ਮ੍ਰਿਤ ਐਲਾਨ ਦਿੱਤਾ। ਤਾਂ ਘਟਨਾ ਤੋਂ ਬਾਅਦ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਬੱਚੇ ਦੀ ਦਰਦਨਾਕ ਮੌਤ ਹੋਈ ਹੈ। ਮਤਲਬ ਚਾਚੇ ਦਾ ਮੁੰਡਾ ਹੈਗਾ ਜੀ ਮੇਰੇ, ਸਾਗਰ ਸੀਗਾ,
16 ਸਾਲ ਉਮਰ ਦਾ ਸੀਗਾ ਜੀ। ਠੀਕ ਹੈ। ਤੇ ਇਹ ਆ ਰਿਹਾ ਸੀਗਾ ਜੀ ਆਪਣੇ ਪਾਪਾ ਦੇ ਕੋਲੇ, ਤੇ ਰਾਤ ਨੂੰ ਮਤਲਬ ਅੰਧੇਰਾ ਸੀਗਾ ਤੇ ਤਾਂ ਕਰਕੇ ਡੱਠੇ 'ਚ ਵੀ ਚੁੱਚਿਆ ਜੀ, ਤੇ ਡੱਠੇ ਨੇ ਮਤਲਬ ਸਿੰਘ ਸੂ ਮਾਰਿਆ ਛਾਤੀ ਦੇ ਵਿੱਚ, ਤੇ ਉਸੇ ਮਤਲਬ ਮੌਕੇ ਦੇ ਉੱਤੇ ਮਤਲਬ ਪਾਪਾ ਕੋਲ ਗਿਆ ਸੀ ਆਪਦੇ ਦੁਕਾਨ ਉਹ ਰਾਤ ਨੂੰ ਆਉਂਦੇ ਨੇ, ਅਤੇ ਕੋਈ ਵੈਸੇ ਤਾਂ ਆਉਂਦਾ ਨਹੀਂ ਗਾ, ਪਰ ਉੱਦਣ ਘਰੇ ਨਹੀਂ ਸੀਗਾ ਅਤੇ ਪਾਪਾ ਨੇ ਬੁਲਾ ਲਿਆ ਕੁਦਰਤੀ ਬਾਈ ਚਾਂਸ, ਅਤੇ ਇਹ ਆਇਆ ਸੀਗਾ ਵੀ ਪਾਪਾ ਨਾਲ ਦੁਕਾਨ ਬੰਦ ਕਰੇ ਘਰੇ ਜਾਵਾਂ ਜੀ, ਅਤੇ ਉਹ ਰਾਤ ਨੂੰ ਡੱਠੇ ਡੁੱਠੇ ਖੜ੍ਹੇ ਹੋਣੇ ਤਾਂ ਕਰਕੇ ਵੀ ਉਹ ਪੜ੍ਹਦਾ ਪਿਆ ਸੀ। ਕੋਈ ਫਰੈਂਡ ਦੀ ਬਰਥਡੇ ਪਾਰਟੀ ਸੀ, ਉੱਥੇ ਜਾਣ ਦਾ ਕਹਿੰਦਾ ਸੀਗਾ, ਅਤੇ ਬਾਅਦ 'ਚ ਬਸ ਪਾਪਾ ਨੂੰ ਮਿਲ ਕੇ ਜਾਣਾ ਹੀ ਸੀਗਾ ਉਹਨੇ, ਅਤੇ ਆਉਂਦੇ ਬਾਕੀ ਬਸ ਇਹ ਹਾਦਸਾ ਪੜ੍ਹਦਾ ਸੀਗਾ। ਇਹ ਤਾਂ ਜੀ ਨਹੀਂ ਪਤਾ ਮੈਨੂੰ ਨਵੇਂ ਕਾਨੂੰਨ ਤਹਿਤ 194 BNSS ਤਹਿਤ ਕਾਰਵਾਈ ਕੀਤੀ ਗਈ ਹੈ। ਤਾਂ ਇਹ ਆਪਣੀ ਇਲੈਕਟ੍ਰੋਨਿਕ ਸਕੂਟਰੀ 'ਤੇ ਕਰੀਬ 8:30 AK ਪੈਲਸ ਹੈ ਜੀ ਨੈਸ਼ਨਲ ਹਾਈਵੇ 'ਤੇ, ਉਹਦੇ ਸਾਹਮਣੇ ਜਾ ਰਿਹਾ ਸੀ। ਅਵਾਰਾ ਪਸ਼ੂ ਨੇ ਅੱਜ ਇਹਨੂੰ ਜ਼ੋਰ ਦਾ ਟੱਕਰ ਮਾਰੀ, ਜੇ ਅਵਾਰਾ ਪਸ਼ੂ ਦਾ ਜਿਹੜਾ ਸਿੰਘ ਸੀ ਇਹਨਾਂ ਦੇ ਛਾਤੀ ਦੇ ਖੱਬੇ ਪਾਸੇ ਵੱਜਣ ਕਰਕੇ ਉਹ ਮੌਤ ਦਾ ਕਾਰਨ ਬਣੀ। ਮਰਨ ਵਾਲੇ ਦਾ ਨਾਂ ਜੀ ਸਾਗਰ, ਉਮਰ ਕਰੀਬ 16 ਸਾਲਾਂ ਅਤੇ 11ਵੀਂ ਜਮਾਤ ਦਾ ਵਿਦਿਆਰਥੀ ਸੀ।